राष्ट्रीय खेड दिवस पूरे भारत भर में मनाया जा रहा है। ओलंपिक्स में अंक मैडल जीत के केंद्र सरकार और राष्ट्र सरकार नामना भी खट्टन का यत्न कर रहे हैं, पर असलियत यह है कि पूरे मुल्क समेत मोहाली शहर में भी खेडों दी बुनियादी सुविधावां नहीं हैं। हालात यह ने कि पंजाब के सब तो तेजी नाल विकसित हो रहे खूबसूरत शहर में स्टेडियम तो बहुत ने, पर ना तो इन्होंने स्टेडियम वधिया कोच ने अते ना ही खेडों नाल संबंधित वधिया समगरी। मोहाली विच बाकी बचते स्टेडियम गमाडा के अधीन ने, पर इन्हां विचों भी तीन स्टेडियम प्राइवेट ठेकेदारां नूं दे दित्ते गए सी, जिन्हां चों एक शैमरॉक स्कूल सैक्टर 69 कोल है। देखो जिहड़े स्टेडियम यह बने गमाडा दे विच ना जी, यह 2011-12 दे विच एन के शर्मा योजना बोर्ड के चेयरमैन सी ते मैं उदों कौंसल दे विच सी। ਇਹ ਉਦੋਂ ਬਣਾਏ ਗਏ ਸਾਰੇ 7 ਦੇ 7 ਸਟੇਡੀਅਮ ਸੀ ਜਿਹੜੇ ਬਣੇ, ਇੰਟਰਨੈਸ਼ਨਲ ਸਟੈਂਡਰਡ ਦੇ ਸੀ ਔਰ ਬਹੁਤ ਵਧੀਆ ਜਗ੍ਹਾ 'ਤੇ ਲੋਕੇਟਡ ਨੇ। ਲੇਕਿਨ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਹੈ ਦੱਸਦੇ ਹੋਏ ਵੀ ਇਹ ਜਿਹੜੇ ਸਟੇਡੀਅਮ ਜਿਸ ਭਾਵਨਾ ਨੂੰ ਲੈ ਕੇ ਬਣਾਏ ਗਏ ਸੀ, ਜਿਸ ਲਈ ਇਹ ਬਣਾਏ ਗਏ ਸੀ, ਉਹ ਪਰਪਜ਼ ਆ ਜਿਹੜਾ ਉਹ ਡਿਫੀਟ ਹੋ ਗਿਆ। ਉਹ ਮਤਲਬ ਜਿਸ ਪਰਪਜ਼ ਲਈ ਉਹ ਬਣਾਏ ਗਏ ਸੀ ਉਹ ਪੂਰਾ ਨਹੀਂ ਹੋ ਸਕਿਆ। ਇਹ ਬਣਾਏ ਗਏ ਸੀ ਵੀ ਜਾਂ ਲੱਗਦਾ ਸੀ ਸਾਰਿਆਂ ਨੂੰ ਵੀ ਇਹ ਆਮ ਜਨਤਾ ਦੇ ਲਈ ਹੋਣਗੇ, ਆਮ ਬੱਚਿਆਂ ਲਈ ਹੋਣਗੇ, ਜਿੱਥੇ ਹਰ ਬੰਦੇ ਦੀ ਐਂਟਰੀ ਹੋਊਗੀ ਅਤੇ ਹਰ ਬੱਚਾ ਜਾ ਕੇ ਉੱਥੇ ਖੇਡ ਸਕਦਾ, ਹਰ ਬੱਚੇ ਦਾ ਜਿਹੜਾ ਟੇਲੈਂਟ ਆ ਉਹ ਬਾਹਰ ਆ ਸਕਦਾ। ਲੇਕਿਨ ਇੱਦਾਂ ਦਾ ਕੁਛ ਨਹੀਂ ਹੋਇਆ ਹੈਗਾ, ਕਿਉਂਕਿ ਉਸੇ ਵਕਤ ਬਣਾਉਣ ਤੋਂ ਬਾਅਦ 2 ਜਿਹੜੇ ਸਟੇਡੀਅਮ ਸੀ ਉਹ ਖੇਡ ਵਿਭਾਗ ਨੂੰ ਦੇ ਦਿੱਤੇ ਗਏ ਸੀ ਅਤੇ ਜਿਹੜੇ 5 ਸਟੇਡੀਅਮ ਸੀ ਉਹ ਗਮਾਡਾ ਕੋਲ ਸੀ, ਜਿਹਦੇ ਵਿੱਚੋਂ 2-3 ਸਟੇਡੀਅਮ ਸੀ ਜਿਹੜੇ ਇਹਨਾਂ ਨੇ ਪ੍ਰਾਈਵੇਟ ਕਰਤੇ ਸੀ ਅਤੇ ਉਹ ਜਿਹੜੇ ਠੇਕੇਦਾਰ ਵੀ ਭੱਜ ਚੁੱਕੇ ਨੇ। ਇੱਕ ਤਾਂ ਮੇਰੇ ਖਿਆਲ ਸਟੇਡੀਅਮ ਚੱਲ ਰਿਹਾ ਸ਼ੈਮਰੌਕ ਵਾਲਾ, ਬਾਕੀ ਸਾਰੇ ਮਤਲਬ ਛੱਡ ਕੇ ਚਲੇ ਗਏ ਨੇ। ਮੈਂ ਇਹ ਸਮਝਦਾ ਵੀ ਇਹ ਲੋਕਾਂ ਦੇ ਪੈਸੇ ਦੀ ਜਿਹੜੀ ਬਰਬਾਦੀ ਵੀ ਹੋਈ ਔਰ ਜਿਹੜਾ ਅਸਲੀ ਪਰਪਜ਼ ਸੀ ਉਹਦਾ ਹੱਲ ਵੀ ਨਹੀਂ ਹੋ ਸਕਿਆ ਹੈ। ਕਿਉਂਕਿ ਮੈਂ ਇਹ ਸਮਝਦਾ ਵੀ ਮੋਹਾਲੀ ਜਿਹੜਾ ਸ਼ਹਿਰ ਆ ਇਹ ਇੰਟਰਨੈਸ਼ਨਲ ਸਟੈਂਡਰਡ ਦਾ ਸ਼ਹਿਰ ਹੈ, ਵੈੱਲ ਪਲੈਨਡ ਹੈ। ਇਹ ਜਿਹੜੇ ਸਟੇਡੀਅਮ ਛੱਡੇ ਗਏ ਇਹ ਬਕਾਇਦਾ ਤੌਰ 'ਤੇ ਲੋਕਾਂ ਤੋਂ ਇਹਦੇ ਪੈਸੇ ਵਸੂਲੇ ਹੋਏ ਨੇ, ਜਿਹੜੇ ਮੋਹਾਲੀ 'ਚ ਰਹਿ ਰਹੇ ਨੇ ਜਿਨ੍ਹਾਂ ਨੂੰ ਪਲਾਟ ਵੇਚੇ ਹੋਏ ਨੇ ਉਹ ਐਸਟੀਮੇਟ ਵਿੱਚ ਪਾ ਕੇ ਵਸੂਲੇ ਹੋਏ ਨੇ ਪੈਸੇ, ਅਤੇ ਇਹਨਾਂ ਦਾ ਫਾਇਦਾ ਵੀ ਜਿਹੜਾ ਉਹ ਮੋਹਾਲੀ ਦੇ ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਹੋਣਾ ਚਾਹੀਦਾ। ਕਿਉਂਕਿ ਜਿਹੜੇ ਸਟੈਂਡਰਡ ਦੇ ਇਹ ਸਟੇਡੀਅਮ ਬਣੇ ਸੀ ਉਸ ਸਟੈਂਡਰਡ ਦੇ ਮੁਤਾਬਕ ਇੱਥੇ ਇੰਟਰਨੈਸ਼ਨਲ ਖਿਡਾਰੀ ਨੇ ਜਿਹੜੇ ਉਹ ਪੈਦਾ ਹੋਣੇ ਚਾਹੀਦੇ ਸੀ, ਕਿਉਂਕਿ ਉੱਦਾਂ ਦੇ ਇਨਫਰਾਸਟ੍ਰਕਚਰ ਆ, ਇੰਟਰਨੈਸ਼ਨਲ ਇਨਫਰਾਸਟ੍ਰਕਚਰ ਆ ਜਿਹੜਾ ਅੰਦਰ ਬਣਿਆ ਹੋਇਆ। ਲੇਕਿਨ ਮੈਨੂੰ ਇਹ ਗੱਲ ਬੜੇ ਅਫਸੋਸ ਨਾਲ ਕਹਿਣੀ ਪੈਂਦੀ ਆ ਵੀ ਇੱਕ ਵੀ ਖਿਡਾਰੀ ਅੱਜ ਮੋਹਾਲੀ ਸਟੇਡੀਅਮ ਦੇ ਵਿੱਚੋਂ 10 ਸਾਲ ਆਉਣ ਵਾਲੇ ਨੇ ਨਿਕਲ ਕੇ ਕੋਈ ਨੈਸ਼ਨਲ ਜਾਂ ਇੰਟਰਨੈਸ਼ਨਲ ਸਟੈਂਡਰਡ ਦਾ ਨਹੀਂ ਬਣ ਸਕਿਆ। ਦੇਖੋ ਮੈਂ ਇਹ ਸਮਝਦਾ ਵੀ ਕੋਈ ਵੀ ਦੇਸ਼ ਆ ਜਾਂ ਸਟੇਟ ਜਦੋਂ ਤੱਕ ਉਹ ਖੇਡਾਂ ਦੇ ਵਿੱਚ ਅੱਗੇ ਨਹੀਂ ਹੈ, ਉਹ ਸਮਝ ਲਓ ਭਾਵੇਂ ਆਰਥਿਕ ਤੌਰ 'ਤੇ ਜਿੰਨਾ ਮਰਜ਼ੀ ਅਮੀਰ ਆ ਉਹ ਅਮੀਰ ਨਹੀਂ ਕਹਿਲਾਇਆ ਜਾ ਸਕਦਾ। ਇਸ ਕਰਕੇ ਜਿਹੜੀਆਂ ਖੇਡਾਂ ਦੇ ਜੇ ਜਿੰਨਾ ਮੈਕਸੀਮਮ ਜਿਹੜੇ ਨੌਜਵਾਨ ਖੇਡਾਂ ਵਿੱਚ ਆਉਣਗੇ ਉਦੋਂ ਪਤਾ ਚੱਲਦਾ ਵੀ ਜਿਹੜੀ ਇਹ ਸਟੇਟ ਆ ਜਿਹੜਾ ਸੂਬਾ ਉਹ ਕਿੰਨਾ ਅਮੀਰ ਆ ਸਿਹਤ ਪੱਖੋਂ। ਔਰ ਮੈਨੂੰ ਬਹੁਤ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਆ ਵੀ ਪੰਜਾਬ ਕਿਸੇ ਵੇਲੇ ਜਿਹੜਾ ਖੇਡਾਂ ਦਾ ਮੁਖੀ ਹੁੰਦਾ ਸੀ ਅੱਜ ਪਛੜ ਕੇ ਇੰਨਾ ਪਿੱਛੇ ਰਹਿ ਗਿਆ ਬਈ, ਬਹੁਤ ਕੋਈ ਟਾਵਾਂ ਟੱਲਾ ਜਿਹੜਾ ਖਿਡਾਰੀ ਆ ਉਹ ਇੰਟਰਨੈਸ਼ਨਲ ਖੇਡਣ 'ਤੇ ਜਾ ਰਿਹਾ। ਔਰ ਪਿਛਲੇ ਦਿਨਾਂ ਦੇ ਪਿਛਲੇ ਸਮੇਂ 'ਚ ਤਾਂ ਤੁਸੀਂ ਦੇਖਿਆ ਹੀ ਆ ਬਈ ਪੰਜਾਬ ਦੀ ਜਵਾਨੀ ਕਿੱਦਾਂ ਨਸ਼ਿਆਂ ਦੇ ਵਿੱਚ ਰੁੜੀ ਆ। ਔਰ ਮੈਨੂੰ ਬੜਾ ਹੀ ਅਫਸੋਸ ਆ ਵੀ 5 ਦਰਿਆਵਾਂ ਦੀ ਧਰਤੀ ਜਿਹਦੇ ਉੱਤੇ ਸਾਰੀ ਦੁਨੀਆ ਨੂੰ ਮਾਣ ਸੀ, ਜਿਹਦੇ 'ਤੇ ਹਿੰਦੁਸਤਾਨ ਨੂੰ ਮਾਣ ਸੀ, ਉਹਦੀ ਜਵਾਨੀ ਰੁੜ ਵੀ ਗਈ ਔਰ ਖੇਡਾਂ ਦੇ ਨਾਂ ਦੇ ਉੱਤੇ ਕੋਈ ਖਾਸ ਜਿਹੜੀ ਪ੍ਰਾਪਤੀ ਆ ਉਹ ਪੰਜਾਬ ਸਰਕਾਰ ਦੀ ਜਾਂ ਪੰਜਾਬ ਦੀ ਨਹੀਂ। ਹਰ ਪਿੰਡ ਦੇ ਵਿੱਚ ਸਟੇਡੀਅਮ ਹੋਣਾ ਚਾਹੀਦਾ, ਹਰ ਪਿੰਡ ਦੇ ਵਿੱਚ ਖੇਡਾਂ ਦੇ ਜਿਹੜੇ ਕੋਚ ਨੇ ਉਹ ਹੋਣੇ ਚਾਹੀਦੇ ਆ, ਜਾਂ ਭਾਵੇਂ 2-2, 4-4 ਪਿੰਡਾਂ ਦਾ ਕਲੱਸਟਰ ਬਣਾ ਕੇ ਜਿਹੜੇ ਨੇ ਉਹ ਮਤਲਬ ਕੋਚ ਬਣਾਏ ਜਾਣ। ਔਰ ਮੈਨੂੰ ਇਹ ਸਭ ਨੂੰ ਪਤਾ ਵੀ ਜਿਹੜਾ ਮੋਹਾਲ ਮਤਲਬ ਜਿਹੜਾ ਪੰਜਾਬ ਆ ਉਹਦੇ ਹਰ ਪਿੰਡ ਦੇ ਵਿੱਚ ਸ਼ਾਮਦਾਤ ਜ਼ਮੀਨਾਂ ਨੇ ਔਰ ਬਹੁਤ ਵੱਡੀਆਂ ਨੇ ਜਿਹੜੀਆਂ ਦੱਬੀਆਂ ਵੀ ਜਾ ਰਹੀਆਂ ਨੇ। ਉਹਦੇ ਵਿੱਚ ਅਸੀਂ ਕਿਉਂ ਨਾ ਆਪਣੇ ਬੱਚਿਆਂ ਵਾਸਤੇ ਚੰਗੇ ਖੇਡ ਸਟੇਡੀਅਮ ਬਣਾ ਕੇ ਆਪਣੇ ਬੱਚਿਆਂ ਨੂੰ ਹੈਲਦੀ ਬਣਾਇਆ ਜਾਵੇ ਅਤੇ ਆਉਣ ਵਾਲੀ ਜਨਰੇਸ਼ਨ ਨੂੰ ਹੈਲਦੀ ਬਣਾਇਆ ਜਾਵੇ, ਪੰਜਾਬ ਨੂੰ ਹੈਲਦੀ ਬਣਾਇਆ ਜਾਵੇ। ਮੈਂ ਇਹ ਪੰਜਾਬ ਸਰਕਾਰ ਤੋਂ ਡਿਮਾਂਡ ਕਰਦਾ ਵੀ ਜਿਹੜੇ ਪਿੰਡ ਦੇ ਵਿੱਚ ਵੀ
ਵਧੀਆ ਜਗ੍ਹਾ 'ਤੇ ਸ਼ਾਮਲਾ ਜ਼ਮੀਨ ਆ ਉਹਦੇ 'ਤੇ ਪੈਸੇ ਖਰਚ ਕੇ ਸਟੇਡੀਅਮ ਬਣਾਏ ਜਾਣ, ਸਟੇਡੀਅਮ ਬਣਾ ਕੇ ਬੱਚਿਆਂ ਨੂੰ ਅਤੇ ਪੰਚਾਇਤ ਨੂੰ ਸਮਰਪਿਤ ਕੀਤੇ ਜਾਣ, ਤਾਂ ਕਿ ਉਸ ਪਿੰਡ ਦੇ ਉਸ ਏਰੀਏ ਦੇ ਜਿਹੜੇ ਬੱਚੇ ਨੇ ਉਹ ਸਰੀਰਕ ਪੱਖੋਂ ਤੰਦਰੁਸਤ ਹੋ ਸਕਣ। ਮੋਹਾਲੀ ਦੇ ਕੌਂਸਲਰ ਅਤੇ ਨੌਜਵਾਨ ਆਗੂ ਸਰਬਜੀਤ ਸਿੰਘ ਸਮਾਣਾ ਮੋਹਾਲੀ ਦੇ ਵੱਖ ਵੱਖ ਪਿੰਡਾਂ 'ਚ ਨੌਜਵਾਨਾਂ ਨੂੰ ਖੇਡ ਕਿੱਟਾਂ ਮੁਫ਼ਤ ਮੁਹੱਈਆ ਕਰਵਾ ਰਹੇ ਨੇ ਅਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜ ਵੀ ਰਹੇ ਨੇ। ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਰਿਆਂ ਨੂੰ ਨੈਸ਼ਨਲ ਸਪੋਰਟਸ ਡੇ ਦੀ ਮੁਬਾਰਕਬਾਦ ਦੇਣਾ ਚਾਹੁੰਦਾ ਅਤੇ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਮੋਹਾਲੀ ਦੇ ਵਿੱਚ ਦੇਖੋ 2011 ਦੇ ਅਧੀਨ ਇੰਟਰਨੈਸ਼ਨਲ ਲੈਵਲ ਦੇ ਸਪੋਰਟਸ ਸਟੇਡੀਅਮ ਮੋਹਾਲੀ ਨੂੰ ਦਿੱਤੇ ਗਏ ਸੀ ਤਾਂ ਜੋ ਕਿ ਇੱਥੋਂ ਵਧੀਆ ਖਿਡਾਰੀ ਨਿਕਲ ਕੇ ਆਉਣ, ਕਿਉਂਕਿ ਸਾਡੇ ਹਰ ਪਿੰਡ ਹਰ ਸ਼ਹਿਰ ਦੇ ਫੇਸ ਦੇ ਵਿੱਚ ਟੈਲੈਂਟ ਹੈ। ਅਸੀਂ ਹੁਣ ਕਿੱਟਾਂ ਵੰਡ ਰਹੇ ਹਾਂ, ਹਰ ਇੱਕ ਪਿੰਡ 'ਚ ਜਾ ਰਹੇ ਹਾਂ, ਸ਼ਹਿਰ 'ਚ ਜਾ ਰਹੇ ਹਾਂ, ਉੱਥੇ ਹਰ ਇੱਕ ਪਿੰਡ ਸਾਨੂੰ ਕੋਈ ਨਾ ਕੋਈ ਵਧੀਆ ਵਾਲੀਬਾਲ ਖੇਲਣ ਵਾਲਾ, ਕ੍ਰਿਕਟ ਖੇਲਣ ਵਾਲਾ, ਐਥਲੈਟਿਕ, ਜੈਵਲਿਨ ਥਰੋ, ਸ਼ਾਰਟਪੁੱਟ, ਸਾਰੇ ਤਰ੍ਹਾਂ ਦੇ ਖਿਡਾਰੀ ਮਿਲ ਰਹੇ ਨੇ। ਪਰ ਗੱਲ ਇਹ ਹੈ ਕਿ ਉਹਨਾਂ ਨੂੰ ਸਰਕਾਰ ਵੱਲੋਂ ਕੋਈ ਸਪੋਰਟ ਨਹੀਂ, ਸਰਕਾਰ ਵੱਲੋਂ ਕੋਈ ਮਾਨਤਾ ਨਹੀਂ ਮਿਲਦੀ ਉਹਨਾਂ ਨੂੰ, ਜਿਹਦੇ ਕਰਕੇ ਕਿ ਉਹ ਪਿਛੜ ਰਹੇ ਨੇ, ਪਿੱਛੇ ਰਹਿ ਰਹੇ ਨੇ। ਨਹੀਂ ਤਾਂ ਮੋਹਾਲੀ ਵਰਗੇ ਸ਼ਹਿਰ ਜਿੰਨਾ ਇਨਫਰਾਸਟ੍ਰਕਚਰ ਇੱਕ ਟਾਈਮ 'ਤੇ ਦਿੱਤਾ ਗਿਆ ਸੀਗਾ, ਇੱਥੇ 100 ਦੀ ਗਿਣਤੀ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਖਿਡਾਰੀ ਨਿਕਲ ਕੇ ਆ ਸਕਦੇ ਸੀਗੇ, ਪਰ ਉਹ ਨਹੀਂ ਆ ਪਾਏ ਕਿਉਂਕਿ ਸਰਕਾਰ ਨੇ ਮੁੜ ਕੇ ਸਾਰੇ ਨੂੰ ਲਿੱਤੀ ਹੈ। ਮੋਹਾਲੀ ਦੇ ਵਿੱਚ ਇੰਨੇ ਸਟੇਡੀਅਮ ਹੋਣ ਦੇ ਬਾਵਜੂਦ ਵੀ ਕੋਈ ਇੰਟਰਨੈਸ਼ਨਲ ਪਲੇਅਰ ਨਹੀਂ ਹੈਗਾ ਆਪਣੇ ਮੋਹਾਲੀ ਦੇ ਵਿੱਚੋਂ, ਕਿਉਂ ਕੋਈ ਹੈ ਹੀ, ਕੋਈ ਸਹੂਲਤ ਹੀ ਨਹੀਂ ਹੈਗੀ, ਕੋਈ ਸੁਵਿਧਾ ਹੀ ਨਹੀਂ ਹੈਗੀ। ਇਸ ਕਰਕੇ ਮੈਂ ਤਾਂ ਬੇਨਤੀ ਕਰੂੰਗਾ ਸਰਕਾਰ ਨੂੰ ਵੀ ਜਦ ਇੰਨੇ ਪੈਸੇ ਲਾ ਕੇ ਇੱਕ ਤੁਸੀਂ ਸਟੇਡੀਅਮ ਖੋਲਿਆ, ਉਸਨੂੰ ਜ਼ਰੂਰ ਬੱਚਿਆਂ ਦੇ ਹਵਾਲੇ ਕਰੋ ਤਾਂ ਕਿ ਉੱਥੇ ਬੱਚੇ ਆ ਕੇ ਟ੍ਰੇਨਿੰਗ ਲੈ ਸਕਣ ਅਤੇ ਇੰਡੀਆ ਲੈਵਲ 'ਤੇ ਜਾਂ ਵਰਲਡ ਲੈਵਲ 'ਤੇ ਜਾ ਕੇ ਉੱਥੋਂ ਆਪਾਂ ਖਿਡਾਰੀ ਪੈਦਾ ਕਰ ਸਕੀਏ। ਜੇ ਇਸ ਮਸਲੇ ਨੂੰ ਲਈਏ ਤਾਂ ਬੜਾ ਗੰਭੀਰ ਮਸਲਾ ਹੈ ਸਾਡਾ ਮੋਹਾਲੀ ਦਾ, ਖਾਸ ਕਰਕੇ ਅਜੇ ਬਾਹਰ ਵੀ ਹੈ, ਪੂਰੇ ਪੰਜਾਬ 'ਚ ਹੀ ਹੈ ਲਗਭਗ, ਲੇਕਿਨ ਮੋਹਾਲੀ ਦਾ ਜਿਹੜਾ ਜਿਹਨੂੰ ਕਿ ਕਹਿੰਦੇ ਸੀ ਨਾ ਕਿ ਅਸੀਂ ਵਰਲਡ ਦਾ ਇੱਕ ਬੜਾ ਅੱਛਾ ਸਿਟੀ ਬਣਾਉਣਾ ਹੈ, ਲੇਕਿਨ ਉਹਦੇ ਵਿੱਚ ਵੀ ਜੇ ਬਾਕੀ ਚੀਜ਼ਾਂ ਦੇਖੀਆਂ ਜਾਣ ਤਾਂ ਕਈ ਤਾਂ ਸਟੇਡੀਅਮ ਇਹਨਾਂ ਨੇ ਬਣਾਏ ਨੇ, ਲੇਕਿਨ ਐਥਲੈਟਿਕ ਦਾ ਸਟੇਡੀਅਮ ਜਿਹੜਾ ਇੱਥੇ ਕੋਈ ਵੀ ਨਹੀਂ ਹੈਗਾ। ਕੋਈ ਵੀ ਕਿਤੇ ਪ੍ਰੈਕਟਿਸ ਕਰਨ ਵਾਸਤੇ ਕਿਸੇ ਨਾ ਤਾਂ ਕੋਈ ਜਗ੍ਹਾ ਹੈ ਅਤੇ ਨਾ ਹੀ ਕੋਈ ਇੱਥੇ ਰਿਲੇਟਡ ਪ੍ਰੈਕਟਿਸ ਕਰਨ ਵਾਸਤੇ ਇਕਵਿਪਮੈਂਟ ਹੈ, ਕੋਈ ਵੀ ਚੀਜ਼ ਨਹੀਂ ਹੈ। ਅਸੀਂ ਜੋ ਕਰ ਰਹੇ ਹਾਂ ਅਸੀਂ ਆਪਣੀ ਲੈਵਲ 'ਤੇ ਕਰ ਰਹੇ ਹਾਂ। ਫੇਜ਼ 6 ਦੇ ਸਰਕਾਰੀ ਕਾਲਜ ਵਿੱਚ ਬੱਚਿਆਂ ਨੂੰ ਪ੍ਰੈਕਟਿਸ ਕਰਵਾ ਕੇ ਐਥਲੈਟਿਕਸ ਦੇ ਰਾਸ਼ਟਰੀ ਪੱਧਰ ਦੇ ਖਿਡਾਰੀ ਬਣਾਉਣ ਵਾਲੇ ਕੋਚ ਰਾਮਾ ਸ਼ੰਕਰ ਦਾ ਕਹਿਣਾ ਹੈ ਕਿ ਕੋਵਿਡ ਕਾਲ ਦੇ ਦੌਰਾਨ ਹੁਣ ਇਸ ਕਾਲਜ ਨੂੰ ਵੈਕਸੀਨੇਸ਼ਨ ਸੈਂਟਰ ਬਣਾ ਦਿੱਤਾ ਗਿਆ, ਇਸ ਲਈ ਇੱਥੇ ਟਰੈਕਸ ਨੂੰ ਬੰਦ ਕਰ ਦਿੱਤਾ ਗਿਆ। ਰਾਮਾ ਸ਼ੰਕਰ ਐਥਲੀਟਾਂ ਨੂੰ ਮੋਹਾਲੀ ਦੇ ਫੇਜ਼ 8 ਵਾਲੇ ਨੇਚਰ ਪਾਰਕ ਵਿੱਚ ਸਵੇਰੇ ਸ਼ਾਮ ਪ੍ਰੈਕਟਿਸ ਕਰਵਾ ਰਹੇ ਨੇ, ਜਿੱਥੇ ਅਕਸਰ ਫਿਲਮਾਂ ਅਤੇ ਗਾਣਿਆਂ ਦੀ ਸ਼ੂਟਿੰਗ ਚੱਲਦੀ ਰਹਿੰਦੀ ਹੈ ਅਤੇ ਇਹਨਾਂ ਦੀ ਟ੍ਰੇਨਿੰਗ ਵਿੱਚ ਵਿਘਨ ਪੈਂਦਾ। ਹਮਾਰੇ ਮੋਹਾਲੀ ਮੇਂ ਤੋ ਹਮ ਲੋ ਆਜ ਸੇ ਨਹੀਂ ਕਰੀਬ 1995 ਸੇ ਹਮ ਲੋ ਲੜ ਰਹੇ ਹੈ ਗਰਾਊਂਡ ਕੇ ਲੀਏ, ਪਰ ਆਜ ਤੱਕ ਵੀ ਹਮੇ ਗਰਾਊਂਡ ਨਹੀਂ ਮਿਲਾ ਹੈ। ਜੋ ਹਮੇ ਐਕਸਟੈਂਡਰ ਗਰਾਊਂਡ ਚਾਹੀਏ, ਐਕਸਟੈਂਡਰ ਕਾ ਹਮੇ ਤੋ ਵਾਕ ਕਰਨੇ ਵਾਲੇ ਗਰਾਊਂਡ ਵੀ ਨਹੀਂ ਹੈ, ਜਿਸ ਜਹਾਂ ਕਿ ਹਮ ਲੋ ਬੱਚੋ ਕੋ ਪ੍ਰੈਕਟਿਸ ਕਰਾ ਸਕੇ। ਇੱਕ 6 ਫੇਸ ਗਵਰਨਮੈਂਟ ਕਾਲਜ ਕੇ ਅੰਡਰ ਗਰਾਊਂਡ ਥਾ, ਉਸਮੇ ਹਮ ਲੋ ਬੱਚੋ ਕੋ ਟ੍ਰੇਨਿੰਗ ਦੇਤੇ ਥੇ, ਬੱਚੇ ਥੇ, ਆਊਟਸਾਈਡਰ ਥੇ, ਡਿਪਾਰਟਮੈਂਟਲ ਥੇ, ਪੁਲਿਸ ਵਾਲੇ, ਨਾਨ ਪੁਲਿਸ ਵਾਲੇ, ਸਭੀ ਕੋ ਹਮ ਲੋ ਟ੍ਰੇਨਿੰਗ ਦੇਤੇ, ਬਟ ਵਹਾਂ ਵੀ ਬਹੁਤ ਪ੍ਰੋਬਲਮ ਆਤੀ ਰਹੀ। ਬੀਚ ਬੀਚ ਮੈਂ ਸਟਰਗਲ ਹਮ ਲੋਗੋ ਕਰਨਾ, ਕਭੀ 10 ਦਿਨ ਬੰਦ ਹੋ ਜਾਤਾ, ਕਭੀ 15 ਦਿਨ ਬੰਦ ਹੋ ਜਾਤੇ ਥੇ, ਕਭੀ ਖੁਲਤੀ ਥੀ, ਕਭੀ ਨਹੀਂ ਖੁਲਤੀ ਥੀ। ਤੋ ਅਭੀ ਜੈਸੇ ਕੋਰੋਨਾ ਕਾਲ ਮੇਂ ਤੋ ਬਿਲਕੁਲ ਹੀ ਠੱਪ ਹੋ ਗਿਆ, ਆਜ ਤੱਕ ਅਭੀ ਵੋ ਓਪਨ ਨਹੀਂ ਹੁਆ। ਵਹਾਂ COVID-19 ਵੈਕਸੀਨ ਕਾ ਸੈਂਟਰ ਬਣਾ ਹੁਆ ਹੈ, ਇਸ ਕਰਕੇ ਵਹਾਂ ਐਸੇ ਵੀ ਅਲਾਊ ਨਹੀਂ ਕਰ ਰਹੇ ਹੈ ਅਭੀ। ਤੋ 29 ਕੋ ਹਮ ਸਪੋਰਟਸ ਡੇ, ਨੈਸ਼ਨਲ ਸਪੋਰਟਸ ਡੇ ਮਨਾ ਰਹੇ ਹੈ, ਲੇਕਿਨ ਹਮਾਰੇ ਪਾਸ ਕੋਈ ਫੈਸਿਲਿਟੀਜ਼ ਨਹੀਂ ਹੈ। ਹਮ ਲੋਗ ਜਹਾਂ ਤਹਾਂ ਪ੍ਰੈਕਟਿਸ ਕਰ ਰਹੇ ਹੈ, ਕਭੀ ਪਾਰਕੋ ਮੇਂ ਕਰ ਰਹੇ, ਕਭੀ ਕਹੀਂ ਕਰ ਰਹੇ, ਵਹਾਂ ਵੀ ਪਬਲਿਕ ਪਲੇਸ ਹੈ, ਪਬਲਿਕ ਸੇ ਡਿਸਟਰਬੈਂਸ ਆਤੀ ਹੈ। ਕੁਛ ਐਸੇ ਜਗ੍ਹਾ ਹੈ ਜਹਾਂ ਕਿ ਪਿਕਚਰ ਵਗੈਰਾ ਸ਼ੂਟਿੰਗ ਹੋਤੀ ਹੈ, ਵਹਾਂ ਵੀ ਟ੍ਰੈਕ ਜੋ ਥੋੜ੍ਹੀ ਬਹੁਤ ਹਮ ਯੂਜ਼ ਕਰਤੇ ਹੈ ਉਹ ਵੀ ਬੰਦ ਕਰ ਦਿਆ ਜਾਤਾ ਹੈ। ਤੋ ਹਮਾਰੇ ਯਹਾਂ ਟ੍ਰੈਕ ਕਾ, ਗਰਾਊਂਡ ਕਾ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ। ਅਗਰ ਹਮਸੇ ਮੈਡਲ ਕੀ ਉਮੀਦ ਕਰਤੇ ਹੈ, ਪੰਜਾਬ ਗਵਰਨਮੈਂਟ ਅਗਰ ਕਿਸੀ ਸੇ ਮੈਡਲ ਕੀ ਉਮੀਦ ਕਰਤੀ ਹੈ, ਤੋ ਹਮੇ ਗਰਾਊਂਡ ਪ੍ਰੋਵਾਈਡ ਕਰਾਨਾ ਹੀ ਪੜੇਗੀ, ਚਾਹੇ ਜੈਸੇ ਵੀ ਹੋ, ਹਮੇ ਗਰਾਊਂਡ ਚਾਹੀਏ। ਚੀਫ ਇੰਜੀਨੀਅਰ ਦਵਿੰਦਰ ਸਿੰਘ ਨੇ ਕਿਹਾ ਕਿ ਗਮਾਡਾ ਵੱਲੋਂ ਮੋਹਾਲੀ ਵਿੱਚ ਨਵੇਂ ਸੈਕਟਰਾਂ ਵਿੱਚ ਨਵੇਂ ਸਟੇਡੀਅਮ ਬਣਾਉਣ ਦੀ ਯੋਜਨਾ ਅਤੇ ਇਹਨਾਂ ਵਾਸਤੇ ਜਗ੍ਹਾ ਸ਼ਾਰਟ ਲਿਸਟ ਕੀਤੀ ਜਾ ਰਹੀ ਹੈ। ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਦਰਸ਼ਕਾਂ ਨੂੰ ਨੈਸ਼ਨਲ ਸਪੋਰਟਸ ਡੇ ਦੇ ਉੱਤੇ, ਜੋ ਕਿ
मेजर ध्यान चंद जी के जन्मदिन के दिहाड़े आप मनाते हैं हर साल, उससे बहुत बहुत बधाई देना। जितों तक जो सवाल है जी कि जेडे स्पोर्ट्स कॉम्पलैक्स असी बनाए से, असी 7 स्पोर्ट्स कॉम्पलैक्स गमाडा ने अजे तक बनाए हैं वक् वक् सैक्टर च मोहाली के। इस तो अलावा एक स्विमिंग पूल सैक्टर 56 जिहड़ा कि पहला फेज 6 दे नाल नाल जाणिया जांदा सी, उहदे च एक स्विमिंग पूल बनाया होया सी। स्विमिंग पूल की जिहड़ी मेंटेनेंस रख रखा असी आप ही कर रहे सी पहला, ते जिहड़े 7 स्पोर्ट्स कॉम्पलैक्स बनाए सी उहनां दे विच्चों 2 स्पोर्ट्स कॉम्पलैक्स असी स्पोर्ट्स डिपार्टमेंट नूं हैंडओवर कर दिते सी रख रखाव वास्ते, जिहनूं कि उह अपने तरीके नाल चला रहे। जिहड़े 5 स्पोर्ट्स कॉम्पलैक्स बाकी बचे सी, 5 दे विच्चों 3 स्पोर्ट्स कॉम्पलैक्स असी प्राइवेट प्लेयर्स नूं प्राइवेट पार्टीज़ नूं असी आउटसोर्स किए हुए सी, जिहड़े कि उह भी असी पिछे जे वापस ले लिया करोना काल तो पहला। सो ये जदों पिछे जे इहदी हालत कोई बहुत ही वधिया नहीं सी रही, मेंटेनेंस वगैरह प्रॉपर इहदी ना होण करके असी दुबारा सारे 5 दे 5 स्पोर्ट्स कॉम्पलैक्स सॉरी 5 दे विच्चों 4 स्पोर्ट्स कॉम्पलैक्स असी रेनोवेट कर रहे हैं। 5वां असी स्विमिंग पूल जिहड़ा मैं पहलां दस्सिया 6 फेज़ का उहनूं रेनोवेट कर रहे हैं। सो जिस तरह साडे लेआउट प्लैन अपरूव होए हुंदे हैं उस लेआउट प्लैन दे विच कोई जगह रखवीं रखी हुंदी है, शुरू दे विच ही रखवीं रख ली जांदी है। सो उहदे हिसाब नाल असी देखांगे जे साडे कोल एथलैटिक्स की जगह होई तां नो डाउट जो लेटैसट फैसिलिटीज़ दे नाल असी दे सकदे हां करांगे। इस वास्ते असी अपने जिहड़े स्पोर्ट्स कॉम्पलैक्स बनाए हैं कुछ सानू उस तों तजर्बा होया, चंडीगढ़ एडमिनिस्ट्रेशन ने कुछ बनाया असी वह भी स्टडी कर रहे हैं भी जो बैटरमेंट के नाल जो अच्छी चीज़ असी अपने वसनीकों वास्ते तैयार कर सकीए। सो वी आर ऑलरेडी वर्किंग ऑन इट, असी उम्मीद है कि आप शायद इस साल के जी उसारी का काम शुरू करता है। मोहाली तो कुलदीप सिंह की रिपोर्ट, दानम्यूट।